बोलो भगवान बाबा श्री चंद महाराज जी दी जय। अज असी तुहानू बाबा श्री चंद जी नाल संबंधित एक और कथा सुनान जा रहे हाँ। इस विच असी तुहानू दसांगे कि किस तरह बाबा श्री चंद जी ने नेक काम करन दा फल, सच बोलन दे फल दा उपदेश दिता, अते किस तरह बाबा श्री चंद जी ने संगतां नूं समझाया कि सच बोलन अते नेक काम करन दा फल की अते कीवें मिलदा है। बाबा श्री चंद जी ने कथा सुनांदे होए कहा कि एक पिंड विच एक आदमी रहिंदा सी, उसदी एक लड़की सी। ओह आदमी दुध वेचदा हुंदा सी अते चोरी चोरी पानी पा के वेचदा हुंदा सी। उहनां दे घर दे कोल ही एक संतां दी कुटिया सी। लड़की दे पिता ने लड़की नूं कहा होया सी कि तू संतां दी कुटिया विच नहीं जाना, क्योंकि ओह संत घरों निकले हुए हन अते दूसरियां नूं वी घरों निकलण दा उपदेश दिंदे हन। ਉਹ ਰੋਜ਼ ਦੇਖਦੀ ਕਿ ਬਹੁਤ ਸਾਰੇ ਲੋਕ ਅਮੀਰ ਅਮੀਰ ਘਰ ਦੀਆਂ ਇਸਤਰੀਆਂ ਅਤੇ ਰਾਜੇ ਦੀਆਂ ਰਾਣੀਆਂ ਵੀ ਉਹਨਾਂ ਸੰਤਾਂ ਦੇ ਕੋਲ ਆਉਂਦੀਆਂ ਹਨ। ਉਹ ਕਈ ਵਾਰੀ ਸੋਚਦੀ ਕਿ ਮੇਰੇ ਪਿਤਾ ਜੀ ਨੇ ਮੈਨੂੰ ਪਤਾ ਨਹੀਂ ਕਿਉਂ ਸੰਤਾਂ ਦੇ ਕੋਲ ਜਾਣ ਲਈ ਮਨਾ ਕੀਤਾ ਹੋਇਆ ਹੈ। ਇਸੇ ਤਰ੍ਹਾਂ ਕੁਝ ਸਮਾਂ ਬੀਤਿਆ। ਇੱਕ ਦਿਨ ਉਹ ਲੜਕੀ ਸੰਤਾਂ ਦੀ ਕੁਟੀਆ ਦੇ ਕੋਲੋਂ ਲੰਘ ਰਹੀ ਸੀ। ਉਸਦਾ ਮਨ ਕੀਤਾ ਕਿ ਉਹ ਜ਼ਰੂਰ ਸੰਤਾਂ ਦੇ ਦਰਸ਼ਨ ਕਰੇ। ਉਹ ਕੁਟੀਆ ਦੇ ਵਿੱਚ ਚਲੀ ਗਈ। ਜਦੋਂ ਉਹ ਅੱਗੇ ਜਾ ਕੇ ਬੈਠਦੀ ਹੈ ਤਾਂ ਕੀ ਦੇਖਦੀ ਹੈ ਕਿ ਉੱਥੇ ਕਥਾ ਚੱਲ ਰਹੀ ਹੈ। ਬਹੁਤ ਸਾਰੀਆਂ ਇਸਤਰੀਆਂ ਪੁਰਸ਼ ਉੱਥੇ ਬੈਠੇ ਹੋਏ ਹਨ ਅਤੇ ਕਥਾ ਚੱਲ ਰਹੀ ਹੈ। ਉਸ ਸਮੇਂ ਝੂਠ ਦੇ ਬਾਰੇ ਅਤੇ ਸੱਚ ਬੋਲਣ ਦੇ ਬਾਰੇ ਕਥਾ ਚੱਲ ਰਹੀ ਸੀ। ਸਾਰੇ ਪ੍ਰੇਮੀ ਜਨ ਪਿਆਰ ਨਾਲ ਕਥਾ ਸੁਣ ਰਹੇ ਸਨ। ਸੰਤ ਜੀ ਬੋਲ ਰਹੇ ਸਨ ਕਿ ਝੂਠ ਬੋਲਣ ਦੇ ਨਾਲ ਮਨੁੱਖ ਨਰਕਾਂ ਨੂੰ ਜਾਂਦਾ ਹੈ ਅਤੇ ਆਪਣਾ ਪਰਲੋਕ ਬੁਰਾ ਕਰ ਲੈਂਦਾ ਹੈ। ਜਦੋਂ ਕਥਾ ਦੀ ਸਮਾਪਤੀ ਹੋਈ ਤਾਂ ਲੜਕੀ ਨੇ ਸੰਤਾਂ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਦੱਸੋ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਸੰਤਾਂ ਨੇ ਪਿਆਰ ਨਾਲ ਕਿਹਾ ਕਿ ਚਲੋ ਅਸੀਂ ਤੁਹਾਨੂੰ ਤੁਹਾਡੇ ਤਰੀਕੇ ਦੇ ਨਾਲ ਹੀ ਸਮਝਾਉਂਦੇ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ, ਬਾਕੀ ਨਿਰਣਾ ਤੂੰ ਖੁਦ ਕਰੀ। ਤੁਹਾਡੇ ਘਰ ਵਿੱਚ ਦੁੱਧ ਵੇਚਣਾ ਸੱਚ ਹੈ ਪਰ ਉਸ ਵਿੱਚ ਪਾਣੀ ਪਾ ਕੇ ਵੇਚਣਾ ਝੂਠ ਹੈ। ਇਸ ਤਰ੍ਹਾਂ ਤੁਸੀਂ ਆਪਣਾ ਪਰਲੋਕ ਵਿਗਾੜ ਰਹੇ ਹੋ, ਕਿਉਂਕਿ ਲੋਕਾਂ ਦੀ ਮਿਹਨਤ ਦੀ ਕਮਾਈ ਤੁਸੀਂ ਪਾਣੀ ਦੇ ਰੂਪ ਵਿੱਚ ਕਮਾ ਰਹੇ ਹੋ। ਲੋਕਾਂ ਨੂੰ ਧੋਖਾ ਦੇ ਰਹੇ ਹੋ। ਧੋਖਾ ਦੇ ਕੇ ਕਮਾਈ ਕਰਨੀ ਇੱਕ ਪਾਪ ਦੇ ਸਮਾਨ ਹੈ। ਲੜਕੀ ਹੁਣ ਡਰ ਚੁੱਕੀ ਸੀ। ਜਦੋਂ ਉਹ ਵਾਪਸ ਘਰ ਆਈ ਤਾਂ ਉਸਨੇ ਸੋਚਿਆ ਕਿ ਮੈਂ ਅੱਗੇ ਤੋਂ ਦੁੱਧ ਵਿੱਚ ਪਾਣੀ ਪਾ ਕੇ ਕਦੇ ਨਹੀਂ ਵੇਚਾਂਗੀ ਅਤੇ ਨਾ ਹੀ ਮੈਂ ਝੂਠ ਬੋਲਾਂਗੀ। ਦੂਸਰਾ ਦਿਨ ਚੜ੍ਹਿਆ। ਪਿਤਾ ਜੀ ਨੇ ਲੜਕੀ ਨੂੰ ਕਿਹਾ ਕਿ ਬਰਤਨ ਲੈ ਕੇ ਆਓ। ਆਸ ਪਾਸ ਗ੍ਰਾਹਕ ਵੀ ਬੈਠੇ ਹੋਏ ਸਨ ਜਿਨ੍ਹਾਂ ਨੇ ਦੁੱਧ ਲੈਣਾ ਸੀ। ਪਿਤਾ ਜੀ ਨੇ ਲੜਕੀ ਨੂੰ ਖਾਲੀ ਬਰਤਨ ਲਿਆਉਣ ਵਾਸਤੇ ਕਿਹਾ। ਲੜਕੀ ਖਾਲੀ ਬਰਤਨ ਲੈ ਕੇ ਪਿਤਾ ਜੀ ਦੇ ਕੋਲ ਆ ਗਈ। ਜਦੋਂ ਆਦਮੀ ਨੇ ਦੇਖਿਆ ਕਿ ਬਰਤਨ ਤਾਂ ਖਾਲੀ ਹੈ, ਉਸਨੇ ਬਹਾਨੇ ਨਾਲ ਫਿਰ ਕਿਹਾ ਕਿ ਬਰਤਨ ਤਾਂ ਮੈਲਾ ਹੈ, ਇਹਨੂੰ ਫਿਰ ਸਾਫ਼ ਕਰਕੇ ਲਿਆਓ। ਫਿਰ ਲੜਕੀ ਧੋ ਕੇ ਖਾਲੀ ਭਾਂਡਾ ਫਿਰ ਲੈ ਆਈ। ਇਸ ਤਰ੍ਹਾਂ ਤਿੰਨ ਵਾਰ ਕੀਤਾ। ਲੜਕੀ ਦੇ ਪਿਤਾ ਨੇ ਬਹਾਨੇ ਨਾਲ ਉਸਨੂੰ ਬਾਹਰ ਭੇਜਿਆ, ਕਿਉਂਕਿ ਲੜਕੀ ਦਾ ਪਿਤਾ ਚਾਹੁੰਦਾ ਸੀ ਕਿ ਉਹ ਪਾਣੀ ਭਰ ਕੇ ਲੈ ਕੇ ਆਵੇ। ਇਸੇ ਤਰ੍ਹਾਂ ਲੜਕੀ ਦੇ ਪਿਤਾ ਨੇ ਗ੍ਰਾਹਕਾਂ ਨੂੰ ਸ਼ੁੱਧ ਦੁੱਧ ਦੇ ਦਿੱਤਾ, ਕਿਉਂਕਿ ਉਹ ਉਹਨਾਂ ਦੇ ਸਾਹਮਣੇ ਗ੍ਰਾਹਕਾਂ ਦੇ ਸਾਹਮਣੇ ਨਹੀਂ ਕਹਿ ਸਕਦਾ ਸੀ ਕਿ ਪਾਣੀ ਭਰ ਕੇ ਲੈ ਕੇ ਆਓ। ਇਸੇ ਤਰ੍ਹਾਂ ਜਦੋਂ ਸ਼ਾਮ ਹੋਈ, ਲੜਕੀ ਦੇ ਪਿਤਾ ਨੇ ਲੜਕੀ ਨੂੰ ਕਿਹਾ ਕਿ ਤੂੰ ਕਿਤੇ ਸੰਤਾਂ ਦੀ ਕੁਟੀਆ ਵੱਲ ਤਾਂ ਨਹੀਂ ਗਈ, ਤੇਰੀ ਬੁੱਧੀ ਕਿਉਂ ਭ੍ਰਿਸ਼ਟ ਹੋਈ ਹੈ। ਲੜਕੀ ਨੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ,
तुसी पाप कर रहे हो, पानी दुध विच मिला के बेच रहे हो, इस तरह तुसी अपना परलोक विगाड़ रहे हो। लड़की दे पिता ने कहा कि तू इसे तरह ना कर, जेकर तू मेरी गल ना मन्नी ता मैं तेनू किसी गरीब नाल व्याह देवांगा। लड़की ने कहा कि मैं कुछ भी करांगी पर झूठ नहीं बोलांगी, ना ही मैं दुध विच पानी पा के वेचांगी। लड़की दे पिता नू बहुत गुस्सा आया, लड़की दे नाल उसका झगड़ा हो रहा सी। कुटिया दे बाहर राजा भी सुन रहा सी। राजा भेष बदल के उस जगह ते कोलो लंघ रहा सी। उसने सुन ली यह सारी कहानी, क्योंकि उस समय राजे भेस बदल के अपने नगर दा चक्कर लगांदे हुंदे सन अपनी जनता दा हाल चाल देखन वास्ते। इसे तरह राजे ने सारी कहानी सुनी। दूसरा दिन होया, राजे ने मंत्रियां नूं कहा कि उस जगह ते एक घर है, एक आदमी अते एक लड़की रहंदी है, उसनूं लै के आओ। मंत्री दोनां नूं लै के आए। जदों राजे दे सामने पेश कीता गया तां राजे ने कहा कि तुसी दोवें कल लड़ क्यों रहे सन। लड़की अते लड़की दा पिता हुण डरे हुए सन। लड़की दे पिता ने सच बोल दिता कि महाराज मैं दुध विच पानी पा के वेचदा हुंदा सी, मेरी लड़की वेचन तों इनकार कर रही सी, इसे करके मैं इसनू झिड़क रहा सी। राजे नूं सारी गल दा पता सी। राजा हुण बहुत ज़्यादा खुश सी। राजे ने लड़की दे पिता नूं कहा कि इसदा रिश्ता मेरे नाल कर दिओ, क्योंकि यह सच बोलन अते पाप रहत लड़की है। लड़की दा पिता हुण बहुत ज़्यादा खुश सी। उसने अपनी लड़की दा व्याह राजे नाल कर दिता। राजे ने हुण लड़की नूं महल दे दिता अते सेवादार भी उसनूं दे दित्ते। इस तरह लड़की खुशी खुशी रहन लग पई। कुछ समा बीतिया, राजे ने एक दिन लड़की नूं पुछया कि तेनू किसी होर चीज़ की जरूरत तां नहीं है। लड़की ने कहा कि महाराज मैनू कृपा करके कथा सुन दा प्रबंध करो, क्योंकि मैं कुछ समा ही कथा सुनी सी अते मैनू राज भाग मिल गया। जेकर मैं ज़्यादा समय तक कथा सुनदी तां मैनू पता नहीं की कुछ प्राप्त हो जाना सी। इस लई कृपा करो, मेहर करो, मैनू कथा सुन दा प्रबंध करके दिओ। राजे ने हुण एक मंदिर दा निर्माण कराया जिथे हर रोज कथा हुंदी सी। लड़की खुशी खुशी कथा सुनदी हुंदी सी। इस तरह कथा दे नाल राजे दा पूरा कुल दा उधार हो गया अते मोक्ष दी प्राप्ति हुई। इस तरह बाबा श्री चंद जी ने कहा कि सच दे नाल ही मोक्ष दी प्राप्ति हो सकती है अते अगला जन्म सुधर सकता है। लोभ दे करके अपना परलोक ना विगाड़ो। इस लोक विच तुहानू पिछले जन्मां दा फल मिलिया है, अगले जन्मां दा फल इस जन्म विच कमाउणा है। इस जन्म विच सच बोल के अते नेक काम करके अपना जन्म सफल करो अते परलोक सुधारो। इस तरह बाबा श्री चंद जी ने कथा दी समाप्ति कीती। बोलो भगवान बाबा श्री चंद महाराज जी दी जय। सारिया संगतां नूं बाबा श्री चंद जी दे जन्मदिन दी लख लख वधाई अते शुभकामनावां। बोलो भगवान बाबा श्री चंद महाराज जी दी जय।